ਉਧਰੋਂ ਐ ਮੋੜ ਤੇ ਮੋੜ ਮਿਲਦੇ ਤੇ ਐਸ ਮੋੜ ਤੇ ਸਾਡੀ ਟਾਕਰੀ ਹੋਈ। ਅੱਛਾ, ਇਹ ਬਦਮਾਸ਼ੀਆਂ ਇਵੇਂ ਨਹੀਂ ਹੁੰਦੀਆਂ, ਬਦਮਾਸ਼ੀਆਂ 'ਚ ਸ਼ਰਮ ਵੀ ਬਣਨਾ ਪੈਂਦਾ। ਸਾਰਾ ਕੁਛ ਪੂਰਾ ਕਰਨਾ ਯਾਰ, ਬਸ ਇੱਕ ਗੱਲ ਦੀ ਕਮੀ ਆ ਮੇਰੇ ਛਾਲੇ ਦੀ, ਕਿਤੇ ਰਾਣੀ ਹੁੰਦੀ ਨਾ ਰਾਜੇ ਨਾਲ, ਮੈਂ ਤਾਂ ਰਾਤ ਤੇ ਚੋਹ ਮੋਹ ਕਰਨੇ ਸੀ। ਤਿੰਨ ਪੀੜੀਆਂ ਤੋਂ ਚੱਲਦਾ ਸਿਰਨੇਮ ਜਿੱਟ ਗਿਆ, ਉਵੇਂ ਤੁਹਾਡਾ ਸਿਰਨੇਮ ਚੱਲ ਰਿਹਾ ਵੀ। ਚੱਲ ਰਿਹਾ, ਪਰ ਜਿਹੜੇ ਹਿਸਾਬ ਨਾਲ ਤੇਰੇ ਲੱਸਣਾ ਮੈਨੂੰ ਵੀ ਤਾਂ ਬੰਦ ਕਰਾਏਗਾ। ਕੁੜੀ ਛੇੜ ਲੈਂਦੇ ਤਰੀਕ ਦੇ ਭਵਾਂ 29 ਭਵਾਂ 9 ਮੋੜਨੇ ਤਾਂ ਹੈ ਨੀ। ਓਏ ਨਾ ਕਿਸੇ ਨਾਲ ਠੱਗੀ ਮਾਰੀ ਤੇ ਨਾ ਹੀ ਮਾਰਿਆ ਠੱਗਾ, ਓਏ ਡਰ ਜੋ ਪਿੰਡ ਵਾਲਿਓ, ਪਿੰਡ ਵਿੱਚ ਆ ਗਿਆ ਡਾਕੂ ਜੱਗਾ, ਪਿੰਡ ਵਿੱਚ ਆ ਗਿਆ ਡਾਕੂ ਜੱਗਾ। ਮੈਂ ਕਿਸੇ ਦੀ ਸੁੱਥਣ ਨਹੀਂ ਛੱਡਣੀ ਨਾ ਹੀ ਛੱਡਣਾ ਝੱਗਾ, ਪਿੰਡ ਵਿੱਚ ਆ ਗਿਆ ਡਾਕੂ ਜੱਗਾ। ਆਹੂ ਲਾਉਂਦਾ ਤਰਿਆ ਜਾਊ, ਆਹੂ ਮੇਰਾ ਸਾਲਾ ਬਈਆਂ ਤੋਂ ਰੇਹੜੀ ਤਾਂ ਰਾਤ ਡਾਕੂ ਜੱਗਿਆ ਲਈ ਲੁੱਟ, ਠੀਕ ਹੈ ਨਾ, ਰੇਹੜੀ ਲੁੱਟ ਲਈ, ਹੁਣ ਰੇਹੜੀ ਤੇ ਸਮਾਨ ਪਾ ਲਈਏ। ਯਾਰ ਗੱਲ ਸੁਣ, ਹਲੇ ਇੱਕ ਛੋਟੀ ਜਿਹੀ ਗੱਲ ਹੈ ਵੀ ਜਿਹੜੇ ਪ੍ਰਦੇਸੀ ਯੂਪੀ ਬਿਹਾਰ 'ਚ ਆ ਕੇ ਰੇਹੜੀਆਂ ਲਾ ਕੇ ਕਿੱਡੇ ਕਿੱਡੇ ਬਿਜ਼ਨਸ ਅੰਪਾਇਰ ਖੜੇ ਕਰਕੇ, ਮੈਂ ਕਿਉਂ ਨਹੀਂ। ਹੁਣ ਗੱਲ ਇਹ, ਰੇਹੜੀ ਲੁੱਟ ਲਈ, ਮੇਰਾ ਸਾਲਾ ਸੌਦਾ ਕਿੱਥੋਂ ਲੁੱਟੂ, ਰੁਪਈਏ 10,000 ਦਾ ਇੰਤਜ਼ਾਮ ਹੋ ਜੇ ਮੇਰੇ ਛਾਲੇ ਦੀ, ਚਾਂਪ ਚੂਪ ਲਾ ਕੇ ਨਿੱਕੜ ਛੁੱਕੜ, ਠੀਕ ਹੈ ਨਾ, ਵੱਢਿਆ ਕਰੂੰ ਭੇੜ, ਬੱਕਰਾ ਕਹਿ ਕੇ ਵੇਚ ਦਿਆ ਕਰੂੰ, ਚੱਲ ਕਿਸੇ ਨਾ ਕਿਸੇ ਕੋਲ ਚੱਲ ਨਹੀਂ, ਪੈਸੇ ਤਾਂ ਲੈਣੇ ਹੀ ਪੈਣੇ ਆ ਕਿਸੇ ਨਾ ਕਿਸੇ। ਮੇਰੇ ਸਾਲੇ ਇੱਧਰ ਆਵੇ, ਦਰਵਾਜ਼ਾ ਇੱਧਰ ਹੈ, ਰੇਹੜੀਓ ਹੀ ਕੱਢ ਲੈ ਯਾਰ ਮੇਰੇ ਸਾਲੇ ਦੀ, ਹੈ ਨਾ, ਡਰਦੀ ਆ ਰੇਹੜੀ ਵੀ, ਇਹ ਤਾਂ ਹੀ ਚੱਲ, ਕੱਢ ਜਾ ਭਈਆ, ਪਛਾਣ ਵੀ ਨਾ ਲਵੇ ਕਦੇ ਵੀ ਸਾਡੀ ਰੇਹੜੀ ਲੈ ਗਿਆ। ਢਾਲ ਤੇ ਲਾ ਕੇ ਛੱਡਤੀ, ਹੁਣ ਆਪੇ ਹੀ ਜਾਊ ਮੇਰੇ ਛਾਲੇ ਦੀ। ਨੀਵੇਂ ਜਾਣਾ ਜੋਗੀ ਦੇ ਨਾਲ, ਚੱਲ ਰੁੜੀ ਚੱਲ ਮੇਰੇ ਛਾਲੇ ਦੀ, ਠੀਕ ਹੈ ਨਾ, ਤੂੰ ਤਾਂ ਫਿਰ ਅੱਗੇ ਛੁਣਦ ਗਈ ਨੀ, ਤੇਰੇ ਤੇ ਤੂੰ ਇਹ ਦੇਖ ਤੇਰੇ ਤੇ ਬੈਠਾ ਕੌਣ ਹੈ, ਠੀਕ ਹੈ, ਤੈਨੂੰ ਮਾਣ ਪ੍ਰਾਪਤ ਹੋਣਾ ਚਾਹੀਦਾ ਵੀ ਮੇਰੇ ਤੇ ਉਹ ਬੈਠਾ ਮਹਾਨ ਸ਼ਖਸੀਅਤ ਬੈਠੀ ਹੈ। ਚੱਲ ਰਾਤ, ਹਾਏ ਹੋਏ ਭਾਈਏ, ਮੇਰੇ ਨਾਲ ਗਲੀਸ਼ ਦੇ ਕੇ ਰੱਖਦੇ ਸੀ ਰੇਹੜੀ ਨੂੰ। ਓਏ ਕਰਨੈਲ, ਇੱਕ ਗੱਲ ਕਹਾਂ, ਮੇਰਾ ਛਾਲਾ ਐਂ ਅਨੁਭਵ ਹੋ ਰਿਹਾ ਵੀ ਜਿਵੇਂ ਰਾਤ ਜੇ ਆ ਰਿਹਾ ਹੋਵੇ, ਮੂਹਰੇ ਹਾਥੀ ਘੋੜੇ ਅਤੇ ਮੂਹਰੇ ਮੇਰੀ ਪ੍ਰਜਾ ਜਾਂਦੀ ਹੋਵੇ, ਮੇਰੇ ਸੈਨਿਕ ਜਾਂਦੇ ਹੋਣ, ਵਰਛੇ ਮੇਰੇ ਸੈਨਿਕਾਂ ਕੋਲ ਫੜੇ ਹੋਣ, ਹਾਏ ਇੱਧਰ ਹਾਥੀ ਗਹਿਣ ਕਰਦਾ ਜਾਂਦਾ, ਮੈਂ ਰਾਜਾ ਤਾਂ ਸੀ ਪਿਛਲੇ ਜਨਮ 'ਚ, ਠੀਕ ਹੈ ਨਾ, ਮੈਂ ਰਾਜਾ ਸੀ, ਇਹ ਮੈਨੂੰ ਲੱਗ ਰਿਹਾ, ਠੀਕ ਹੈ, ਕੁਦਰਤ ਆਪਦੇ ਆਪ ਨੂੰ ਲਟਾਉਂਦੀ ਹੈ। ਉਸ ਵਕਤ ਮੈਂ ਹਾਥੀ 'ਤੇ ਜਾਂ ਰੱਥ 'ਤੇ ਬੈਠਾ ਸੀ, ਇਸ ਵਕਤ ਰੇਹੜੀ 'ਤੇ ਬੈਠਾ, ਰਾਰਾ ਥੱਥਾ ਰਾਥ, ਰਾਰਾ ਡੱਡਾ ਰੇਹੜੀ, ਫਰਕ ਤਾਂ ਕੋਈ ਹੈ ਨਹੀਂ, ਆਮ ਖਾਸ ਫਰਕ ਹੈ ਨਹੀਂ, ਦੇਖੀਏ ਤਾਂ ਰਾਤ ਮੇਰਾ ਸਾਲਾ ਗੋਹਾ ਹੀ ਨਾ ਮਿਧਲੇ। ਚੱਲ ਕੋਈ ਨਹੀਂ, ਟੈਂ ਪੂਰਾ ਪ੍ਰਜਾ ਦੀ ਸਾਰੀ ਦੇਖਭਾਲ ਕਰਨ ਚੱਲਿਆ ਹੋਵਾਂ, ਓਏ ਹਾਏ ਓਏ ਰੱਬਾ, ਹਾਏ ਓਏ, ਸਾਰਾ ਕੁਛ ਪੂਰਾ ਕਰਨਾ ਯਾਰ, ਬਸ ਇੱਕ ਗੱਲ ਦੀ ਕਮੀ ਆ ਮੇਰੇ ਛਾਲੇ ਦੀ, ਕਿਤੇ ਰਾਣੀ ਹੁੰਦੀ ਨਾ ਰਾਜੇ ਨਾਲ,
ਮੈਂ ਤਾਂ ਰਾਤ ਤੇ ਹੀ ਚੋਹ ਮੋਹ ਕਰਨੇ ਸੀ, ਸਬਰ ਹੈ ਨਹੀਂ ਮੇਰੇ 'ਚ, ਸਬਰ ਹੈ ਨਹੀਂ ਮੇਰੇ 'ਚ। ਕਿਆ ਬਾਤ ਹੈ, ਢਲਾਣ 'ਚ ਇਹੀ ਤਾਂ ਫਾਇਦਾ ਮੇਰਾ, ਛੜਾ ਆ ਕੇ ਚਲਾ ਜਾਓ, ਆ ਕੇ ਚਲਾ ਜਾਏ ਟਾਰਜਨ ਚੜ ਕੇ, ਤਾਂ ਮੇਰੇ ਭਾਪੇ ਵਾਲੀ ਆਤਮਾ ਤਾਂ ਨਹੀਂ ਫਿਰਦੀ ਮੇਰੇ ਛਾਲੇ ਦੀ, ਮੇਰੇ ਪੁੱਤ ਰੇਹੜੀ ਚਲਾ ਰਿਹਾ ਉਹ ਆਟੋਮੈਟਿਕ ਚੱਲ ਰਹੀ ਹੋਵੇ, ਹੋ ਸਕਦਾ ਟਾਰਜਨ ਟਾਰਜਨ ਮੇਰਾ ਕਰਮਾ ਤੂੰ ਮੇਰਾ ਧਰਮਾ ਤੂੰ, ਰੁਕ ਜਾ ਵੀ ਮੇਰੇ ਛਾਲੇ ਦੀ ਇਹਦਾ ਪੈਸੇ ਲੈਣੇ ਆ ਸੁੱਡਲ ਤੋਂ, ਖੜ ਜਾ। ਹਾਂ ਹਾਂ ਫੀਲਿੰਗ ਵਾਲੀ ਆਤ ਆ ਰਹੀ ਆ ਮੇਰੇ ਛਾਲੇ ਦੀ, ਮੇਰਾ ਸਾਲਾ ਲਾ ਦੇ ਅੱਜ ਇਹਦੇ ਚੇਅਰਮੈਨ ਦੇ ਪੱਕਾ ਪੈਂਚਰ, ਠੀਕ ਹੈ ਨਾ, ਪਤਾ ਲੱਗੇ ਗਫੜੇ ਸੈੱਟ ਵੱਡੇ ਵੱਡੇ, ਠੀਕ ਹੈ ਨਾ। ਅਗਲੇ ਨੂੰ ਕਿਹਾ ਵੀ ਬਾਈ ਮੇਰੀ ਗੱਲ ਸੁਣ, ਵੀ ਸਮਾਨ ਸਾਡੇ ਕੋਲ ਹੈਗਾ ਸਾਰਾ, ਸਾਡੀ 'ਚ ਕਿਰਪਾ ਕਰਦੇ, ਠੀਕ ਹੈ, ਮੋੜਨੇ ਕਿਹੜੇ ਕੰਜਰ ਨੇ ਆ, ਅੱਜ ਤੱਕ ਤਾਂ ਕਿਸੇ ਦੇ ਮੋੜੇ ਨਹੀਂ। ਟਰ ਟਰ ਆ ਜਾ ਮਾੜਾ ਜਿਹਾ ਗੜਾਸੇ ਨਾਲ ਪ੍ਰਭਾਵ ਹੈ, ਜੇ ਨਾ ਮੰਨਿਆ ਮੇਰਾ ਸਾਲਾ ਪੈਸਿਆਂ ਨੂੰ ਗਾਟਾ ਹੀ ਲਾ ਦੂੰ, ਇਹ ਮਾੜਾ ਜਿਹਾ ਨਿਮਰਤਾ ਪੇਸ਼ ਹੋ ਜਾ, ਨਿਮਰਤਾ ਪੇਸ਼ ਹੋ ਜਾ। ਵੇਖ ਮੇਰਾ ਸਾਲਾ ਸੁੱਡਲ ਦੋ ਖੜਾਈ ਖੜਾ, ਇੱਕ ਮੈਨੂੰ ਦੇ ਦੇ ਮੇਰਾ ਸਾਲਾ, ਗੇੜੇ ਗੂੜੇ ਕੱਢਿਆ ਵਾਂ, ਬਦਮਾਸ਼ੀ ਟੱਚ ਰੱਖ ਮੇਰਿਆ ਸਾਲਿਆ, ਬਦਮਾਸ਼ੀ ਟਾਸਕ ਰੱਖ, ਗੱਡੀ ਘੈਂਟ ਹੈ ਮੇਰੇ ਸਾਲੇ ਦੀ ਬਸ ਕਲਾ। ਓ ਕੀ ਹਾਲ ਹੈ ਚੇਅਰਮੈਨ ਸਾਹਿਬ, ਆ ਗਿਆ ਆ ਗਿਆ ਆ ਗਿਆ ਆ ਗਿਆ, ਓ ਕੀ ਹਾਲ ਚਾਲ ਆ, ਤੇਰੇ ਟੇਰੇ ਮਾਰਨ ਟੋਰ ਨੀ ਮਰਨ ਨੀ ਮਰਨ, ਕੀ ਹਾਲ ਆ ਸਰਦਾਰਾ, ਮਾਰੇਗਾ ਓਏ, ਐਂ ਕਿਵੇਂ ਵੱਜਣਗੇ, ਐਂ ਗੜਾਸੇ ਵੱਜਣ ਲੱਗ ਗਏ ਸਰਗੇ, ਇਹ ਤਾਂ ਮੇਰੇ ਸਾਲੇ ਦੁਸ਼ਮਣਾਂ 'ਤੇ ਚੱਲਦੇ, ਆਪਦਿਆਂ 'ਤੇ ਨਹੀਂ ਚੱਲਦੇ। ਇਹਨੂੰ ਇੱਕੋ ਹੀ ਗੱਲ ਸਿਖਾਈ ਹੈ ਵੀ ਜੇ ਦੁਸ਼ਮਣ ਆਇਆ ਗਾਟਾ ਲਾ ਦੀ, ਜੇ ਆਪਣਾ ਆਇਆ ਉਹਨੂੰ ਨਹੀਂ ਕੁਛ ਕਹਿਣਾ, ਇਹ ਕਹਿੰਦਾ ਚੰਗਾ ਨਾ ਤੂੰ ਐਂ ਐਂ ਸਟਾਈਲ ਮਾਰਦਾ ਹੁਣ, ਇਹ ਬਦਮਾਸ਼ਾਂ ਦਾ ਸਾਡਿਆਂ ਦਾ ਸਟਾਈਲ ਹੁੰਦਾ। ਬਸ ਕੋਈ ਨਹੀਂ ਕਰ ਲਾ ਆਰਾਮ ਕਰ ਲੈ, ਦੱਸਣਾ ਐਂ ਬਹਿ ਗਿਆ ਆਰਾਮ ਨਾਲ, ਓਏ ਆਪਦਾ ਘਰ ਹੈ ਕੋਈ ਬਗਾਨਾ, ਤੂੰ ਬਗਾਨਾ ਮੈਨੂੰ ਐਂ ਦੱਸ, ਚੱਲ ਤੂੰ ਐਂ ਦੱਸ ਕਿਵੇਂ ਆਉਣਾ ਹੋਇਆ। ਨੰਬਰਦਾਰ ਵਾਲੀ ਤੇਰਾ ਨੰਬਰ ਮੰਗਦੀ ਸੀ, ਗੱਲ ਆਇਆ ਗੋਹਾ ਸਿੱਟਣ ਚੱਲੀ ਸੀ ਰੂੜੀ ਤੇ, ਉਧਰੋਂ ਬਾਏ ਮੋੜ ਮੁੜਿਆ, ਇਧਰੋਂ ਇਹ ਮੁੜੀ ਨੰਬਰ ਦਾ ਆਏ, ਉਧਰੋਂ ਉਹਦੇ ਗੋਹੇ ਦਾ ਪੱਠਲ ਸਿਰ ਤੇ ਚੱਕਿਆ ਵਿਚਾਰੀ ਦੇ, ਤੇ ਮੇਰੇ ਛਾਲੇ ਦਾ ਛਮ ਛਮ ਕਰਦੇ ਛੈਣੇ ਵੱਜਦੇ ਆਉਣ ਨਾਲ, ਉਧਰੋਂ ਐਂ ਮੋੜ ਤੇ ਮੋੜ ਮਿੜਦੇ, ਐਸ ਮੋੜ ਤੇ ਸਾਡੇ ਟਾਕਰੇ ਹੋਏ। ਜਦੋਂ ਟਾਕਰੇ ਹੋਏ ਮੈਨੂੰ ਕਹਿੰਦੀ ਸਤਿ ਸ਼੍ਰੀ ਅਕਾਲ ਜੀ, ਬਦਮਾਸ਼ ਦੇਖ ਕੇ ਆਫਟਰਆਲ ਡਰਨਾ ਉਹਦਾ ਸੁਭਾਵਿਕ ਆ, ਬਣਦਾ ਵੀ ਆ ਡਰਨਾ, ਲੇਡੀਜ਼ ਤਾਂ ਡਰ ਜਾਂਦੀ ਆ, ਉਹਨੂੰ ਪਤਾ ਸੀ ਬਦਮਾਸ਼ ਆ ਰਿਹਾ ਮੈਂ ਡਰਾਂ, ਪਰ ਮੈਂ ਉੱਥੇ ਕਹਿੰਦਾ ਮੈਂ ਕਿਹਾ ਡਰਨਾ ਡਰਨਾ ਮੇਰਾ ਤੇਰੇ ਸਿਰ 'ਤੇ ਹੱਥ ਹੈ, ਵੀ ਮੈਨੂੰ ਕਹਿੰਦੀ ਵੀ ਮੈਨੂੰ ਡਰ ਲੱਗ ਰਿਹਾ, ਮੈਂ ਕਿਹਾ ਸਿਰ 'ਤੇ ਹੱਥ ਰੱਖ ਕੇ, ਮੈਂ ਕਿਹਾ ਅੱਜ ਤਾਂ ਤੂੰ ਮੇਰੀ ਭੈਣ, ਬਦਮਾਸ਼ੀ ਵਾਲੀ ਗੱਲ ਕਰੀ, ਮੈਂ ਆਖਿਆ ਵੀ ਅੱਜ ਤਾਂ ਤੂੰ ਮੇਰੀ ਭੈਣ, ਉਹਨੇ ਨਾਲ ਦੀ ਨਾਲ ਘੋਲ ਨਹੀਂ ਕਰੀ ਰੱਖੜੀ ਬੰਨ, ਮੇਰਾ ਫਿਰ ਖੂਨ ਖੌਲਿਆ, ਮੈਂ ਕਿਹਾ ਭੈਣੇ ਦੱਸ ਅੱਜ ਤੋਂ ਤੇਰਾ ਮੈਂ ਭਰਾ, ਤੂੰ ਮੇਰੀ ਭੈਣ, ਕਿਸੇ ਦਾ ਮਰਡਰ ਕਰਨਾ, ਕਿਸੇ ਦੀਆਂ ਲੱਤਾਂ ਵੱਢਣੀਆਂ, ਕਿਸੇ ਦੀਆਂ ਬਾਹਾਂ ਵੱਢਣੀਆਂ, ਕੋਈ ਕਬਜ਼ਾ ਲੈਣਾ,
ਕੋਈ ਸੁਨਿਆਰ ਲੁੱਟਣਾ, ਕੋਈ ਪਿੰਡਾਂ ਦੇ ਪਿੰਡ ਖਾਲੀ ਕਰਨੇ, ਕਤਲੋ ਗਾਰਦ ਮਚਾ ਦੂੰ। ਤੂੰ ਇਸ ਆਪਦੇ ਭਰਾ ਨੂੰ ਦੱਸ, ਤੇਰਾ ਭਰਾ ਐਂ ਪੂਰਾ ਕਰੂ। ਪਰ ਮੇਰੀ ਭੈਣ ਨੇ ਇੱਕ ਪਾਲ ਨਹੀਂ ਲਾਇਆ, ਉਹਦਾ ਹੀ ਐਂ ਹੱਥ ਪਾ ਕੇ ਮੈਨੂੰ ਲਾਈਟਰ ਫੜਾਤਾ, ਕਹਿੰਦੀ ਵੀਰੇ ਅਮਰੇ ਨੂੰ ਫੜਾਇਆ। ਮੇਰਾ ਸਾਲੇ ਪਾਸੇ ਭੈਣ ਭਾਈਆਂ ਦਾ ਆਹੀ ਰਿਸ਼ਤਾ ਰਹਿ ਗਿਆ। ਓਏ ਕਲਯੁਗ ਹੈ, ਕਲਯੁਗ ਹੈ, ਕਲਯੁਗ ਹੈ। ਹੁਣ ਤਾਂ ਮੈਂ ਤੈਨੂੰ ਕੀ ਦੱਸਾਂ, ਵਿਹੜਾ ਗਰਕਣ 'ਤੇ ਆਇਆ, ਵਿਹੜਾ ਗਰਕਣ 'ਤੇ ਆਇਆ। ਮੇਰੇ ਤਾਂ ਸਿਰਫ ਆਈ ਸੀ, ਮੇਰੇ ਕੀ ਦਾ ਚੁੱਪੀ ਭਲੀ ਹੈ, ਚੁੱਪ ਭਲੀ। ਲੈਟਰ ਫੜਾ ਕਿੱਥੇ? ਉਹ ਤਾਂ ਮੈਥੋਂ ਡਿੱਗ ਪਿਆ। ਹੈ ਮੇਰਾ ਸਾਲਾ, ਉਹ ਝੂਠ ਬੋਲੀ। ਉਹ ਨਹੀਂ ਡਿੱਗ ਪਿਆ, ਮੈਂ ਬਦਮਾਸ਼ਾਂ ਨੂੰ ਝੂਠ ਬੋਲਣ ਦੀ ਆਦਤ ਨਹੀਂ ਹੁੰਦੀ। ਇਹ ਨਾ ਗੱਲ ਕਹਿ ਦੀ, ਇਹ ਨਾ ਗੱਲ ਕਹਿ ਦੀ। ਦੇਖ ਤੇਰੇ ਨਾਲ ਪਿਆਰ ਹੈ, ਤੇਰੇ ਨਾਲ ਸਤਿਕਾਰ ਹੈ। ਕੰਮ ਦੱਸ, ਕੋਈ ਕਤਲ ਕਰਨਾ, ਕੋਈ ਕਰਦਾ, ਮੈਂ ਅਵੇਲੇਬਲ ਹੈ, ਠੀਕ ਹੈ ਨਾ। ਹੋਰ ਕੰਮ ਧੰਦਾ ਕਿਵੇਂ ਚੱਲਦਾ? ਉਹ ਦੱਸ। ਪਿੰਡ 'ਚ ਚੜ੍ਹਤਾ ਜੱਟਾ ਤੇਰੀ। ਅਗਲਾ ਕਹਿੰਦਾ ਕੀ ਫਲਾਨੇ ਆਮਨਾ ਚੇਅਰਮੈਨ, ਮਾੜੀ ਮੋਟੀ ਗੱਲ ਨਹੀਂ ਹੁੰਦੀ। ਇਹ ਮੇਰੇ ਛੜੇ ਦੇ ਪਰਿਵਾਰਾਂ ਦੇ ਜਿਹੜੇ ਨਾਮ ਮੁੱਢ ਤੋਂ ਚੱਲੇ ਆਉਂਦੇ ਆ, ਜਿਵੇਂ ਉਹ ਰੌਂ 'ਤੇ ਗੱਲ ਵਾਲਾ ਨਹੀਂ ਲਿਖਦਾ ਗਾ ਵੀ ਤਿੰਨ ਪੀੜ੍ਹੀਆਂ ਤੋਂ ਚੱਲਦਾ ਸਿਰਨੇਮ ਜਿੱਟ ਗਏ, ਉਵੇਂ ਤੁਹਾਡਾ ਸਿਰਨੇਮ ਚੱਲ ਰਿਹਾ ਵੀ ਚੱਲ ਰਿਹਾ ਚੱਲ ਰਿਹਾ। ਪਰ ਜਿਹੜੇ ਹਿਸਾਬ ਨਾਲ ਤੇਰੇ ਲੱਸਣਾ, ਮੈਨੂੰ ਵੀ ਤਾਂ ਬੰਦ ਕਰਾਏਗਾ। ਮੇਰੇ ਸਾਲਾ ਹਰੇਕ ਤਾਂ ਕੁੜੀ ਸੇੜ ਲੈਂਦੇ। ਉਹ ਨਹੀਂ, ਉਹ ਗੱਲ ਹੈ, ਊਂ ਗੱਲ ਹੈ, ਊਂ ਗੱਲ ਹੈ, ਊਂ ਗੱਲ ਹੈ। ਤੂੰ ਕੰਮ ਦੱਸ ਯਾਰ, ਕੀ ਹੈ? ਕੰਮ ਇਹ ਹੈ ਵੀ ਮੈਂ ਬਿਜ਼ਨਸ ਲੱਗਿਆ ਕਰਨ। ਮੈਨੂੰ ਇਹ ਲੱਗਿਆ, ਮੈਂ ਕਿਹਾ ਯਾਰ ਬਦਮਾਸ਼ੀ ਬਹੁਤ ਕਰ ਲਈ। ਕਈ ਵਾਰੀ ਅਸੀਂ ਬਦਮਾਸ਼ੀ ਦੇ ਵਿੱਚ ਸੱਠ ਹੋਣ ਜਾਣੇ 'ਚ ਪਾਪ ਹੋ ਜਾਂਦਾ, ਉਹ ਪਾਪ ਮੈਥੋਂ ਚੱਲਿਆ ਨਹੀਂ ਜਾਂਦਾ। ਚੁੱਲ੍ਹਿਆਂ 'ਚ ਘਾਹ ਉੱਗ ਜਾਂਦਾ। ਮੈਂ ਕਿਹਾ ਬਦਮਾਸ਼ੀ ਭਰਾਵੇ ਭੈਣ ਦਾ ਟਾਂਟਾ ਖੜ ਕੇ ਕੋਈ ਵਧੀਆ ਕੰਮ ਕਰ। ਫਿਰ ਕੱਲ੍ਹ ਮੈਂ ਬਰਨਾਲੇ ਗਿਆ, ਪੱਖੋ ਕੈਂਚ ਗਿਆ, ਅਤੇ ਉੱਥੋਂ ਮੈਂ ਰੇਹੜੀ ਲਿਆ। ਮੁੱਲ ਲੈ ਬਈ, ਤੈਨੂੰ ਕੀ ਲੱਗਦਾ ਮੈਂ ਬਈਏ ਤੋਂ ਖੋ ਕੇ ਲਿਆ? ਹੋ ਜਾ ਪਾਣੀ ਇਹ ਜਿੰਨਾ। ਅੱਛਾ ਰੇਹੜੀ ਲਿਆਂਦੀ। ਹੁਣ ਮੇਰਾ ਇਰਾਦਾ ਉੱਤੇ ਵੀ ਜਿਵੇਂ ਮੀਟ ਪਾ ਲਈਏ, ਬੱਕਰਾ ਬੱਕਰਾ, ਮੁਰਗੇ ਮੁਰਗੇ ਪਾ ਕੇ, ਠੇਕੇ ਮੂਹਰੇ ਲਾ ਲਾ। ਗੱਲ ਕਰੀ ਬਾਬਾ, ਰੁਪਈਆ ਮੈਨੂੰ ਸਿਰਫ 12,000 ਚਾਹੀਦਾ। ਮੇਰੇ ਕੋਲ ਕੋਈ ਪੈਸਾ ਪੂਜਾ ਨਹੀਂਗਾ, ਬਿਜ਼ਨਸ ਕਰ ਰਿਹਾ ਮੈਂ, ਮੋੜਦਾ ਨਹੀਂ ਕਰਦਾ ਨਹੀਂ ਯਾਰ। ਜੇ ਇਹੀ ਮੈਂ ਗੜਾਸੇ ਨਾਲ ਬਦਮਾਸ਼ੀ ਨਾ ਮੰਗਣਾ ਹੁੰਦਾ, ਫੇਰ ਤੂੰ ਰਿਸ਼ਵਤ ਦੇ ਤੇਰੇ ਮੈਂ ਫੈਰ ਮਾਰਦਾ, ਤੂੰ ਮੰਗ ਲੈ ਗੜਾਸੇ। ਨਹੀਂ ਐ ਨਹੀਂ ਗੱਲ ਹੁੰਦੀ। ਗੱਲ ਸੁਣ, ਲੇਖਾਂ ਮੈਂ ਧੀਆਂ ਦਾ, ਅੱਜ ਤੋਂ ਮਹੀਨੇ ਨੂੰ ਤੇਰੇ ਪੈਸੇ ਦੇ ਦੂੰ ਮੈਂ। 5,000-5,000 ਦੀ ਸੇਲ ਹੋਊਗੀ, ਕੋਟ ਦਿੰਦੇ ਅੱਡੇ 'ਚ ਮੈਨੂੰ। ਸੇਲ ਤਾਂ ਹੋਊ, ਸਾਰਾ ਤਾਂ ਪਿੰਡ ਦਾਰੂ ਪੀਂਦਾ। ਅਗਲੇ ਨੂੰ ਜਦੋਂ ਬੱਕਰਿਆ ਦਿੱਤਾ ਪਲੇਟ, ਆਪਾਂ 70 ਰੁਪਈਆਂ ਦੀ ਬੱਕਰੇ ਦੀ ਪਲੇਟ, 45 ਦੀ ਮੁਰਗੇ ਦੀ ਪਲੇਟ, 25 ਦੀ ਆਂਡਿਆਂ ਦੀ ਪਲੇਟ, ਪਲੇਟਾਂ ਤੇ ਪਲੇਟਾਂ, 80 ਪਲੇਟਾਂ ਵਿਕੀ ਜਾਣੀ। ਆਂਡਾ ਤੇਰੀ ਚੱਲੂ, ਆਂਡਾ ਤੇਰੀ, ਮੈਂ ਕਹਿੰਦਾ ਸਾਰਾ ਕੁਛ ਚੱਲੂ। ਕੁਲਚਾ ਕਲਚਾ ਵੀ ਲਾ ਰਹੇ, ਕੁਲਚਾ ਵੀ ਲਾ ਦੇਂਗੇ ਕਈ ਵਾਰੀ ਦੁਪਹਿਰੇ। ਫਿਰ ਕੀ ਕਰਾਂਗੇ ਦੁਪਹਿਰੇ, ਕੁਲਚਾ ਚੱਲ ਪਿਆ ਕਰੂ। ਤੇਰੇ ਵਾਲੀ ਸਹੇਲੀ ਨੂੰ ਭੇਜ ਦਿਆ ਕਰੀ, 2 ਕੁਲਚੇ ਵਾਂਡੇ ਫ੍ਰੀ ਦੁਪਹਿਰੇ। ਫਿਰ ਸਾਰੀ ਦਿਹਾੜੀ ਉੱਥੇ ਹੀ, ਮੈਂ ਉੱਥੇ ਹੀ ਘਰ ਪਾ ਲੈਣਾ, ਠੀਕ ਹੈ ਨਾ, ਉੱਥੇ ਹੀ ਚੱਲਣਾ ਗਾ ਮੈਂ। ਕਾਮ ਜਾਣਾ ਰੁਪਈਆ 12,000 ਦੇ ਦੇ। ਅੱਜ ਤਾਂ ਤਰੀਕ ਹੈਗੀ 29, ਤੇ 29 ਨੂੰ ਆਉਂਦੀ ਨੂੰ ਮੁੜ ਕੇ ਆਪਦੇ ਤੇਰੇ ਘਰੇ ਪੈਸੇ ਫੜਾ ਦੇ, ਠੀਕ ਹੈ ਨਾ। ਲੇਖਾ ਮਾਮਾ ਧੀਆਂ ਦਾ, ਕੀ ਗੱਲ ਹੈ? ਮੈਂ ਕਹਿੰਦਾ ਸਟੈਂਪ ਤੇ ਲਿਖ ਲਾ, ਜ਼ਬਾਨ ਤਾਂ ਹੈ ਹੀ ਮੇਰੀ, ਜ਼ਬਾਨ ਤਾਂ ਤੇਰੀ ਜਾਣਦਾ ਮੈਂ। ਹਾਂ ਦਿਆ ਬਿਜ਼ਨਸ ਕਰਨ ਲੱਗਿਆ ਸ਼ੁਰੂ, ਠੀਕ ਹੈ ਨਾ। ਹਲੇ ਤਾਂ ਮੈਂ ਤੈਥੋਂ ਪਿਆਰ ਨਾਲ ਪੇਮੈਂਟ ਮੰਗਦਾ, ਜੇ ਮੈਂ ਬਦਮਾਸ਼ੀ ਕਰਦਾ ਦੇ ਦੇਣੇ ਸੀ ਤੂੰ। ਮੈਂ ਇਹੀ ਕਹਿੰਦਾ ਵੀ ਜੇ ਬਦਮਾਸ਼ੀ ਨਾ ਮੰਗਦਾ ਨਹੀਂ ਲੈਣੇ ਸੀ ਤੂੰ, ਤੈਥੋਂ ਪਿਆਰ ਨਾ ਮੰਗ ਰਿਹਾ। ਮੇਰੇ ਸਾਲਿਆ ਤੂੰ 5 ਦੇ ਦਿੰਦਾ, ਮੈਂ 5 ਤੇ ਵੀ ਮੰਨ ਜਾਣਾ ਸੀ।
12 ਦੇ ਦਿੰਦਾ 12, ਮੈਂ ਕਿਹੜਾ ਮੋੜਨੇ, ਜੇ ਮੋੜਨੇ ਹੁਣ ਤਾਂ ਮੈਂ ਆਉਣਾ ਆਖਰੀ ਵਾਰੀ ਦਰਸ਼ਨ ਕਰ ਲਾ ਵੀ ਘਰ ਦੇ। ਇਹਨੇ ਪੈਸੇ ਮੰਗਣੇ ਆਪਾਂ ਦੇਣਾ ਨਹੀਂ, ਇੱਟ ਕੁੱਤੇ ਵਾਲਾ ਵੈਰ ਪੈ ਜਾਣਾ, ਵੈਸੇ ਲਾਸਟ ਹੀ ਹੈ। ਚੱਲ ਕੋਈ ਨਹੀਂ, ਕਲਯੁਗ ਹੈ ਭਲਾ, ਇਹਦਾ ਜ਼ਮਾਨਾ ਹੈ ਹੀ ਨਹੀਂ ਮੇਰਾ ਹੱਸ ਵਾਲਾ। ਠੀਕ, ਇੱਕ ਤਾਂ ਪੈਸੇ ਲਓ ਮੁੜ ਕੇ ਮੇਰੇ ਹੱਸ ਵਾਲਿਆ, ਮੇਰੇ ਮਗਰ ਧੱਕੇ ਖਾਂਦਾ ਫਿਰੇਗਾ, ਮੋੜਨਾ ਹੈ ਨਹੀਂ। ਕਿਹੜੇ ਮੈਂ ਉੱਥੇ ਆਂਡੇ ਵੇਚਣੇ ਆ, ਕਿਹੜੇ ਬਰਗਰ, ਮੇਰਾ ਸਾਲਾ ਸਹੇਲੀ ਦੇ ਨਾਂ 'ਚ ਹੀ ਦੇ ਗਿਆ। ਲਾਲਚੀ ਆ ਵੀ ਦੁਨੀਆ, ਲਾਲਚੀ ਆ ਵੀ ਲਾਲਚੀ ਹੈ। ਓਏ ਆ ਜਾ, ਆ ਗਿਆ। ਮੇਰੀ ਗੱਲ ਇੱਕ ਸੁਣ ਲਾ। ਹਾਂ, ਤੈਨੂੰ ਪੈਸੇ ਪਤਾ ਮੈਂ ਕਿਉਂ ਦੇ ਰਿਹਾ? ਕਿਉਂ ਦੇ ਰਿਹਾ? ਪਹਿਲਾਂ ਤਾਂ ਫੜ ਲੈ ਜੀ, ਦੱਸ ਲਿਆ। ਉਹ ਗਿਣਤਾ ਲੈਂਦਾ ਓਏ, ਗਿਣਨੇ ਤੇਰੇ ਤੇ ਬੇਵਿਸ਼ਵਾਸੀ ਆ, ਗਿਣਾ ਤਾਂ ਟਾਈਮ ਹੈ ਜੇ ਮੋੜਨੇ, ਮਤਲਬ ਆਪਣਾ ਗਿਣੇ ਵੀ ਆ ਯਾਰ, ਤੇਰੇ ਤੇ ਬੇਵਿਸ਼ਵਾਸੀ ਆ। ਮੈਂ ਤੈਨੂੰ ਪੈਸੇ ਪਤਾ ਕਿਉਂ ਦੇ ਰਿਹਾ? ਕਿਉਂ? ਮੈਂ ਤੈਨੂੰ ਤਾਂ ਦੇ ਰਿਹਾ, ਦੇਖ ਆਪਣੇ ਪਿੰਡ ਤੈਨੂੰ ਪਤਾ ਪਹਿਲਾਂ ਇੱਕ ਭਈਏ ਨਹੀਂ ਹੁੰਦਾ ਸੀ, ਹੁਣ ਮੇਰੇ ਸਿਰਿਆ 4-5 ਆ ਗਏ, 4-5 ਨੇ ਦੇਖ ਲਾ ਪੂਰਾ ਤਗੜਾ ਸੈੱਟ ਕਰ ਲਿਆ। 18 ਭਈਏ ਆ ਗਏ, 18 ਆ ਗਏ ਲੈ, ਇਹ ਤਾਂ ਮੇਰੇ ਸਾਲੇ ਸੂਰੀ ਵਾਂਗੂ ਖਿੱਚੀ ਤੁਰੇ ਆਉਂਦੇ ਆ ਆਪਦਾ ਖਰੜਾ ਸਾਰਾ ਮਗਰ। ਅੱਛਾ ਯਾਰ, ਤੂੰ ਇੱਕ ਗੱਲ ਸੀ, ਜਿਹੜੇ ਮਰਜ਼ੀ ਸ਼ਹਿਰ 'ਚ ਜਾ ਵੜਾ, ਮੇਰੇ ਸਾਲੇ ਬਈਆਂ ਦੀਆਂ ਰੇਹੜੀਆਂ ਲੱਗੀਆਂ, ਸਬਜ਼ੀਆਂ ਵਾਲੀਆਂ ਦੁਕਾਨਾਂ, ਮੂੰਗਫਲੀਆਂ ਵਾਲੀਆਂ ਦੁਕਾਨਾਂ, ਇਹਨਾਂ ਬਈਆਂ ਨੇ ਰੇਹੜੀਆਂ ਤੋਂ ਮੇਰੇ ਸਾਲੇ ਦਿਆਂ ਨੇ ਵੱਡੇ ਵੱਡੇ ਅੰਪਾਇਰ ਖੜੇ ਕਰ ਲਏ। ਵੱਡੇ ਅੰਪਾਇਰ ਕੀ, ਹੁਣ ਤਾਂ ਤੂੰ ਐਂ ਹਿਸਾਬ ਲਗਾ ਚੱਲੇ, ਰੇਹੜੀਆਂ ਤਾਂ ਰੇਹੜੀਆਂ, ਹਰੇਕ ਚੀਜ਼ ਮੇਰਾ ਬੈਂਕ 'ਚ ਵਗ ਜਾ, ਉੱਥੇ ਬਈਏ ਤਾਂ ਮੂਹਰੇ ਬਈਏ ਬੈਠੋ, ਠੀਕ ਹੈ, ਪੁਲਿਸ ਸਟੇਸ਼ਨ 'ਚ ਵਗ ਜਾ ਤਾਂ ਬਈਏ ਮੂਹਰੇ ਬੈਠੋ, ਠੀਕ ਹੈ, SSP DSP ਸਾਰੇ, ਇਹ ਤਾਂ ਸਾਰੇ ਛੱਡ, ਮੈਨੂੰ ਇੱਕ ਗੱਲ ਦਾ ਜਵਾਬ ਦੇ, ਕੀ ਗੱਲ, ਸਾਡੇ ਪੰਜਾਬੀ ਨੌਜਵਾਨ ਪੜ੍ਹੇ ਹੋਏ ਨਹੀਂ? ਉਹੀ ਤਾਂ ਗੱਲ ਹੈ, ਸਾਡੇ ਪੰਜਾਬੀਆਂ ਨੂੰ ਕਿਉਂ ਨਹੀਂ ਨੌਕਰੀਆਂ ਮਿਲਦੀਆਂ? ਸਾਡੇ ਪੰਜਾਬੀਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ, ਜਿਹੜਾ ਕੋਈ ਗਰੀਬ ਹੈ ਉਹਨੂੰ ਪਹਿਲਾਂ ਨੌਕਰੀ ਦੇਵੇ, ਜਿਹਦੇ ਕੋਲੇ 4 ਕਿੱਲੇ ਨੂੰ ਬਾਅਦ 'ਚ ਨੌਕਰੀ ਦੇਵੇ। ਹੁਣ ਇੰਸਪੈਕਟਰ ਦੇਖ ਲੈ ਕਿੰਨੇ ਰੱਖ ਲਏ, ਸਾਰੇ ਹਰਿਆਣੇ ਵਾਲੇ ਰੱਖ ਲਏ, ਪੰਜਾਬ ਦੇ ਰੱਖੀ 5-7, ਬਸ ਕੀ ਕੀਤਾ ਜਾਵੇ। ਆ ਬਾਈ ਉੱਤੇ ਤਾਂ ਮੈਨੂੰ ਵੋਟਾਂ ਵਾਟਾਂ ਪਾਓ, ਮੈਨੂੰ ਮੁੱਖ ਮੰਤਰੀ ਬਣਾਓ, ਫੇਰ ਕਦੇ ਜਾ ਕੇ ਬਦਲਾਅ ਆਊ। ਉਹ ਬਸ ਕਰ, ਹੁਣ ਮੈਂ ਤੈਨੂੰ ਤਾਂ ਪੈਸੇ ਦੇ ਰਿਹਾ, ਚੱਜ ਦਾ ਕੋਈ ਕੰਮ ਕਰ ਲਈ, ਠੀਕ ਹੈ, ਰੇੜੀ ਲਾ ਰਹੇ, ਰੇੜੀ ਲਾ ਰਹੇ, ਹਾਂ ਬਸ ਇਹਨੂੰ ਸ਼ਰਮ ਦੇ ਮਾਰੇ ਪਏ ਨਹੀਂ ਪੰਜਾਬੀ। ਉਹ ਨਹੀਂ, ਆਪਾਂ ਬਈਆਂ ਬਈਆਂ ਨੂੰ ਪਜਾਵਾਂਗੇ ਕੁੱਟ ਕੇ, ਟੈਨਸ਼ਨ ਨਾ ਲੈ, ਜਿੱਦੇ ਸਾਡੇ ਪੰਜਾਬੀਆਂ ਦਾ ਏਕਾ ਹੋ ਗਿਆ ਨਾ। ਤੂੰ 29 ਤਰੀਕ ਕਹੀ ਹੈ ਨਾ, 5 ਤਰੀਕ ਨੂੰ ਪੈਸੇ ਦੇਣੀ, ਤੈਨੂੰ 5 ਨੂੰ ਵੀ ਯਾਰ, ਮੇਰੀ ਗੱਲ ਲੈ, 9 ਨੂੰ ਦੇ ਦੀ, 10 ਦਿਨ ਬਾਅਦ ਦਿੱਤੇ, ਵਾਲਾ ਦਿਲ ਦਰਿਆ ਜੱਟਾ, ਠੀਕ ਹੈ, ਆ ਜਾ ਕੰਮ ਚਲਾ, ਬਾ ਕੰਮ ਤਾਂ ਚੱਲ ਪਿਆ, ਜਾਣ ਠੀਕ ਹੈ, ਓਕੇ, ਹੱਥੀ ਪੈਣਾ, ਠੀਕ ਹੈ, ਜਾ ਫਿਰ ਟਾਈਮ ਨਾਲ, ਠੀਕ ਹੈ, ਬੇਫਿਕਰ ਕੰਮ, ਹਾਂ ਹਾਂ ਚੱਲ ਪਿਆ ਜਾਣ, ਮੇਰਾ ਸਾਲਿਆ ਭਾਵੇਂ 28 ਤਰੀਕ ਦੇ, ਭਾਵੇਂ 29, ਭਾਵੇਂ 9, ਮੋੜਨੇ ਤਾਂ ਹੈ ਨਹੀਂ। ਰੁਪਈਆ 10,000 ਡੁੱਕ ਲਿਆਂਦਾ, 15-20,000 ਦੀ ਰੇਹੜੀ ਜੀ, ਇਹਦਾ ਮੇਰੇ ਸਾਲੇ ਦੀ ਪੁੱਠੀ ਆ ਸਿੱਧੀ ਆ, ਇਹਦੇ ਕਿਹੜਾ ਗੇਰ ਆ, ਜਿੱਦਣ ਮਰਜ਼ੀ ਲੈ ਜਾ, ਆਲੂ ਵੇਚ ਲੈ, ਗੰਡੇ ਵੇਚ ਲੈ ਭਾਈ। ਮੇਰੇ ਸਾਲੇ ਨੂੰ ਗਫੜਾ ਮਾਰਿਆ, ਮੇਰੇ ਸਾਲੇ ਨੇ ਕਿਹਾ ਕਿਤੇ 26 ਲੀਟਰ ਦਿੱਤਾ, ਵਾਲਾ ਫਕਰਾ ਵੀ 2 ਪੰਪ ਮਾਰ, ਮੇਰਾ ਸਾਲਾ ਉਦੋਂ ਹੀ ਤੜ ਜਾਂਦਾ, ਐਂ ਨਹੀਂ ਵੀ ਪ੍ਰਾਹੁਣਾ ਗੱਪ ਮਾਰ ਕੇ 10,000 ਨੂੰ ਲਾ ਗਿਆ ਠੋਕੂ, ਨਹੀਂ ਨਹੀਂ ਮੇਰੇ ਹੱਸ ਵਾਲਿਆ, ਮੇਰੇ ਵਾਲੇ ਨੋਟ 100-100 ਦੇ। ਇਹ ਬਦਮਾਸ਼ੀਆਂ ਇਵੇਂ ਨਹੀਂ ਹੁੰਦੀਆਂ, ਬਦਮਾਸ਼ੀਆਂ 'ਚ ਬਸ਼ਰਮ ਵੀ ਬਣਨਾ ਪੈਂਦਾ। ਅੱਛਾ ਮੇਰੇ ਸਾਲੇ ਦਾ ਕੰਨ ਚੱਲ ਫੜਾ, ਮੈਨੂੰ ਆਪਦੇ ਆਪਦੇ ਘਰ ਤਾਂ ਮੇਰੇ ਸਾਲੇ ਕਿੱਧਰ ਜਾਈਏ।
ਕੱਢ ਜਾ ਇੱਧਰੋਂ ਚਲਾਉਣੀ ਪਊ ਮੇਰੇ ਸਾਲਿਆਂ ਨੇ ਬਈਆਂ ਨੇ ਬਥੇਰੀਆਂ ਰੇਹੜੀਆਂ ਬਸ ਹਾਈਆਂ ਮੇਰੇ ਸਾਲੇ ਨੇ ਨਾਲ ਲੈ ਕੇ ਮੇਰੇ ਸਾਲੇ ਰੇਹੜੀ ਦੀ ਭਜਾ ਕੇ ਲੈ ਮਸ਼ੀਨਰੀ ਵਕਰੇ ਹੀ ਜਾਂਦੇ ਮੇਰਾ ਸਾਲਾ ਤਿੰਨ ਚਾਰ ਦਿਨ ਇਸ਼ਕ ਦਾ ਗਿੜਦਾ ਪੈਂਦਾ ਹਨੇਰੇ ਇਸ਼ਕ ਦਾ ਗਿੜਦਾ ਲੂਣ ਵਿੱਚ ਮਸ਼ਾਲਾ ਪਿਆ ਆਪਣੇ ਕੋਲੇ ਕਹਿੰਦਾ ਬੱਕਰਾ ਹੀ ਲਿਆਉਣਾ ਠੀਕ ਹੈ ਨਾ ਬੱਕਰਾ ਲੈ ਕੇ ਆ ਹੀਰਾ ਸਾਲਿਆ ਬਦਮਾਸ਼ੀ ਕੋਲੇ ਜੇ ਬਦਮਾਸ਼ੀ ਤੁਸੀਂ ਸੰਦ ਨਾ ਨਾਲ ਰੱਖੇ ਤੇ ਸਮਝ ਲਓ ਤੁਹਾਡੀ ਗੇਮ ਪੈ ਗਈ ਇਸ ਕਰਕੇ ਬਦਮਾਸ਼ੀ ਤੋਂ ਪਹਿਲਾਂ ਸੂਲਾ ਸੰਦ ਨਾਲ ਰੱਖੋ ਸੰਦ ਚਾਹੇ ਭਾਰਾ ਹੀ ਹੋਵੇ ਨਾਲ ਰੱਖੋ ਬੱਕਰਾ ਕਮਰਗਾ ਬੱਕਰਾ ਕਮਰਗਾ ਬੱਕਰਾ ਕਮਰਗਾ ਬੱਕਰਾ ਬੱਕਰਾ ਲੈ ਕੇ ਆਇਆ ਹੀਰਾ ਸਾਲਿਆ ਭੇਜੂ ਹੀ ਨਾ ਦੇ ਕਦੇ